ਟੂਲਾਂ ਵੈਪਨ ਇਹ ਚੋਰੀ ਕਰਕੇ ਬੰਦੇ ਲੈ ਗਏ ਸੀ। ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ ਔਰ ਨਾਲ ਉੱਥੇ ਇੱਕ ਥੋੜਾ ਸੀ ਅਤੇ ਕਰਾੜ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ। ਇਹ ਚਾਰ ਬੰਦੇ ਸੀ, ਇਹਨਾਂ ਚੋਂ ਨੇ ਇੱਕ ਮੋਟਰਸਾਈਕਲ 'ਤੇ ਆਏ। ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸੇ ਪਾਸੇ, ਅਤੇ ਇਹਨਾਂ ਚੋਂ ਨੇ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇੱਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ, ਅਤੇ ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀ ਹਾਂਜੀ ਨਹੀਂ 16 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਜੀ। ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ, 5 ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਹੋ ਰਹੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ, ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ। ਇਹ ਜਿਹੜਾ ਬੰਦਾ ਪਵਨਦੀਪ ਹੈ ਇਹਦੀ ਕ੍ਰਿਮੀਨਲ ਬੈਕਗਰਾਊਂਡ ਹੈ। ਇਹਦੇ ਖਿਲਾਫ਼ ਜਿਹੜੇ ਪਹਿਲਾਂ ਵੀ ਕਈ ਪਰਚੇ ਦਰਜ ਜਿਹੜੇ ਹੋਏ ਨੇ, ਇਹਦੇ ਕੋਲੋਂ ਸਾਨੂੰ 8 ਵੈਪਨ ਮਿਲੇ ਨੇ, ਪਾਤੜਾਂ ਦਾ ਇਹ ਰਹਿਣ ਵਾਲਾ। ਅਤੇ ਇੱਕ ਅਮਨਦੀਪ ਹੈ ਇਹਦੇ ਕੋਲੋਂ ਇੱਕ ਪਿਸਟਲ ਮਿਲਿਆ। ਜਿਹੜਾ ਮਲਵਿੰਦਰ ਹੈ ਇਹਦੇ ਕੋਲੋਂ ਇੱਕ ਬੰਦੂਕ ਮਿਲੀ ਹੈ। ਸੰਦੀਪ ਕੋਲੋਂ 2 ਪਿਸਟਲ ਅਤੇ 1 ਬੰਦੂਕ ਜਿਹੜੀ ਮਿਲੀ ਹੈ ਔਰ ਜਿਹੜਾ ਗੁਰਮੀਤ ਹੈ ਇਹਦੇ ਕੋਲੋਂ 1 ਪਿਸਟਲ ਮਿਲਿਆ। ਪਵਨਦੀਪ ਦੇ ਖਿਲਾਫ 9 ਪਰਚੇ ਦਰਜ ਨੇ। ਜਿਹੜਾ ਮੋਟਰਸਾਈਕਲ ਹੈ ਜਿਹਦੇ 'ਤੇ ਆਏ ਸੀ ਉਹ ਵੀ ਬਰਾਮਦ ਕਰ ਲਿਆ ਔਰ ਮੈਂ ਇਹਦੇ 'ਚ ਸੰਗਰੂਰ ਪੁਲਿਸ ਨੂੰ ਵਧਾਈ ਦਿੰਦਾ। SSP ਸਾਹਿਬ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਟੀਮ ਨੇ 24 ਘੰਟੇ ਦੇ ਵਿੱਚ ਜਿਹੜੀ ਇਹ ਵਾਰਦਾਤ ਇਹ ਟਰੇਸ ਕੀਤੀ ਹੈ ਔਰ ਇਹਨਾਂ ਦਾ ਜਿਹੜੀ ਅੱਗੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸੀ, ਹੋਰ ਵੀ ਇਹ ਕ੍ਰਾਈਮ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਕੋਈ ਹੋਰ ਲੁੱਟਾਂ ਖੋਹਾਂ ਕਰ ਸਕਦੇ ਸੀ ਜਾਂ ਕੋਈ ਵੱਡਾ ਕ੍ਰਾਈਮ ਜਿਹੜੇ ਕਰ ਸਕਦੇ ਸੀ। ਅਸੀਂ ਮਾਨਯੋਗ ਅਦਾਲਤ ਤੋਂ ਜਿਹੜਾ ਰਿਮਾਂਡ ਲੈ ਕੇ ਇਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਕਿਹੜੇ ਕਿਹੜੇ ਬੰਦਿਆਂ ਨਾਲ ਹੋਰ ਲਿੰਕ ਨੇ, ਇਹ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ। ਪਵਨਦੀਪ ਦੀਆਂ ਸਾਡੇ ਕੋਲ ਵਾਰਦਾਤਾਂ ਜਿਹੜੀਆਂ ਸਾਰੇ ਸਾਡੇ ਕੋਲ ਰਿਕਾਰਡ ਹੈਗਾ। ਇੱਕ ਹੋਰ ਜਿਹੜਾ ਹੈ ਉਹਦੇ ਖਿਲਾਫ਼ ਵੀ ਇੱਕ ਪਰਚਾ ਦਰਜ ਹੈਗਾ, ਗੁਰਮੀਤ ਦੇ ਖਿਲਾਫ਼ ਹੀ 2268 ਦਾ, ਅਤੇ ਤੁਹਾਡੀ ਡਿਟੇਲ ਪ੍ਰੈਸ ਨੋਟ ਦੇ ਵਿੱਚ ਲਿਖੀ ਹੈ। ਮਕਸਦ ਇਹ ਸੀ ਜੀ ਇਹਨਾਂ ਨੂੰ ਉੱਥੋਂ ਸੌਖਾ ਮਿਲ ਗਿਆ, ਈਜ਼ੀ ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੌਖੇ ਅਸੀਂ ਲੁੱਟ ਕੇ ਲੈ ਗਏ। ਜਦੋਂ ਦੁਕਾਨ ਉੱਥੇ SSP ਸਾਹਿਬ ਨੇ ਮੌਕਾ ਦੇਖਿਆ, ਮੈਂ ਵੀ ਮੌਕਾ ਦੇਖ ਕੇ ਗਿਆ, ਅਤੇ ਜਿਹੜੇ ਉਹਦੇ ਸਿਕਿਉਰਿਟੀ ਦੇ ਲੈਫਸਰ ਸੀ ਜਿਹੜੇ ਉਹਨੇ ਆਪਣੇ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਿਟੀ ਦੇ ਬੇਸ ਦੇ ਉੱਤੇ, ਕਿਵੇਂ ਕਿਵੇਂ ਉਹਨੂੰ ਪ੍ਰਿਕੋਸ਼ਨ ਲੈਣੇ ਚਾਹੀਦੇ ਨੇ ਉੱਥੇ, ਉਹ ਦੁਕਾਨ ਵੱਲੋਂ ਨਹੀਂ ਸੀ ਲਏ ਗਏ। ਅਸੀਂ ਉਹਦੇ ਖਿਲਾਫ਼ ਹੀ ਜਿਹੜਾ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਪ੍ਰੋਪਰ ਪ੍ਰਿਕੋਸ਼ਨ ਕਿਉਂ ਨਹੀਂ ਜਿਹੜੇ ਲਏ ਹੋਏ। ਅਤੇ ਬਾਕੀ ਵੀ ਜਿਹੜੇ ਸਾਡੇ ਗਨ ਹਾਊਸਿਸ ਹੈਗੇ ਨੇ ਉਹਨਾਂ ਨੂੰ ਵੀ ਮੈਂ ਵਾਰਨ ਕਰਨਾ ਕਿ ਉਹ ਆਪਾਂ ਆਪਣੇ ਸਿਕਿਉਰਿਟੀ ਪ੍ਰਿਕੋਸ਼ਨਸ ਪ੍ਰੋਪਰ ਲੈਣ, ਨਹੀਂ ਤਾਂ ਅਸੀਂ ਆਪਣੇ ਗਾਈਡਡ ਆਫੀਸਰ ਲਾ ਕੇ ਉਹ ਚੈੱਕ ਕਰਾਂਗੇ ਤਾਂ ਕਿ ਜਿੱਥੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਪ੍ਰੋਪਰ ਪ੍ਰਿਕੋਸ਼ਨਸ ਨਹੀਂ ਲਏ ਗਏ ਉਹਨਾਂ ਦੇ ਖਿਲਾਫ਼ ਅਸੀਂ ਐਕਸ਼ਨ ਲਵਾਂਗੇ ਔਰ DC ਸਾਹਿਬ ਨੂੰ ਲਿਖ ਕੇ ਉਹਨਾਂ ਦਾ ਲਾਇਸੈਂਸ ਕੈਂਸਲ ਵੀ ਕਰਾਵਾਂਗੇ। ਪਤਾ ਕਿੱਦਾਂ ਲੱਗਿਆ ਕਿ ਉੱਥੇ ਸਿਕਿਉਰਿਟੀ ਲੈਬਸ ਨੇ ਵੀ ਤਾਲੇ ਤੋੜਾਂਗੇ ਤੇ ਸੋਚੀ ਵੈਪਨ ਮਿਲ ਜਾਣਗੇ? ਇਹ ਰੈਕੀ ਕਰਦੇ ਰਹੇ ਜੀ। ਕਿੰਨੇ ਦਿਨ ਰੈਕੀ ਹੋਈ ਹੈ ਜੀ? ਇਹ ਰੈਕੀ ਜੀ ਜੋ ਸਾਡੇ ਕੋਲ ਸਾਹਮਣੇ ਆਈ ਹੈ
ਇਹਨਾਂ ਨੇ ਦੋ ਕੁ ਵਾਰੀ ਉੱਥੇ ਰੈਕੀ ਇਹਨਾਂ ਨੇ ਉਧਰਲੇ ਪਾਸੇ ਕੀਤੀ ਹੈ ਜੀ। ਸਰ ਵਿੱਚ ਦੋ ਚੋਰ ਨਿਹੰਗ ਸਿੰਘ ਬਣੇ ਦੇ ਦੇਖ ਰਹੇ ਨੇ ਸੀਸੀਟੀਵੀ ਫੁਟੇਜ ਚੋ ਨਿਹੰਗ ਸਿੰਘ ਸੀ ਉਹਨਾਂ ਨੇ ਕਿਸੇ ਨਾ ਕਿਸੇ ਜਾਣ ਕੇ ਉਹ ਪੇਸਤਾ ਰਿਹਾ ਸੀ। ਨਹੀਂ ਇਹਨਾਂ ਨੇ ਉਹ ਪੇਸਤਾ ਰਿਹਾ ਹੋਇਆ ਸੀ, ਉਹ ਦੋ ਨਹੀਂ ਸੀ ਤਿੰਨ ਬੰਦੇ ਇਹਨਾਂ ਨੇ ਨਿਹੰਗਾਂ ਵਾਲੇ ਜਿਹੜੇ ਨਿਹੰਗ ਸਿੰਘ ਵਾਲੇ ਜਿਹੜੇ ਇਹਨਾਂ ਨੇ ਬਾਣੇ ਪਾਏ ਸੀ ਇਹਦੇ ਵਿੱਚ, ਪਰ ਵੀਡੀਓ ਦੇ ਵਿੱਚ ਦੋ ਆਏ ਨੇ, ਅਦਰਵਾਈਜ਼ ਇਹ ਤਿੰਨ ਸਨ। ਹਾਂਜੀ ਤੁਹਾਡੇ ਸਾਹਮਣੇ ਫੜਦੇ ਆ ਜੀ, ਜਿਹੜੇ ਇੱਕ ਬਾਹਰ ਸੀ ਜੀ, ਦੋ ਜਿਹੜੇ ਅੰਦਰ ਐਂਟਰ ਹੋਏ ਆ। ਦੇਖੋ ਤੁਹਾਨੂੰ ਦੱਸਿਆ ਜੀ, ਮਕਸਦ ਅੱਗੇ ਲੁੱਟਾਂ ਖੋਹਾਂ ਦਾ, ਲੁੱਟਾਂ ਖੋਹਾਂ ਦਾ, ਵੱਡੀਆਂ ਵਾਰਦਾਤਾਂ ਕਰਨ ਦਾ ਇਹਨਾਂ ਦਾ ਮਕਸਦ ਸੀ। ਹੋਰ ਵੈਪਨ ਲੈ ਕੇ ਕੰਮ, ਜਿਵੇਂ ਉਸ ਦੀ ਗੱਲ ਕਹੀਏ ਕਿ ਛੋਪੀ ਸਲੀ ਤਾਂ ਰੱਖਣੇ ਨਹੀਂ, ਇਹਦੇ ਵਿੱਚ ਸਾਰੇ ਵੈਪਨ ਅਸਲਾ ਮਾਲਕ ਦੇ ਨੇ, ਪਰ ਇੱਕ ਵੈਪਨ ਜਿਹੜਾ ਹੈ ਉਹ ਕਿਸੇ ਦਾ ਕੋਈ ਰਿਪੇਅਰ ਲਈ ਆਇਆ ਹੋਇਆ ਸੀ, ਉਹ ਰਿਪੇਅਰ ਲਈ ਆਇਆ ਸੀ ਜੋ ਅਸੀਂ ਇਹਦਾ ਰਿਕਾਰਡ ਚੈੱਕ ਕੀਤਾ। ਇਹ ਜਿਹੜੇ ਵੈਪਨ ਸੀ ਬਾਹਰ ਪਏ ਸੀ ਉਹਦੇ, ਇਹ ਆਪਣੇ ਸਾਫ਼ ਸੁਫ ਕਰਕੇ ਉਹਨੇ ਆਪਣੇ ਟੇਬਲ ਦੇ ਵਿੱਚ ਰੱਖੇ ਹੋਏ ਸੀ ਥੱਲੇ। ਜਿਹੜੇ ਕਾਰਤੂਸ ਨੇ ਇਹ ਗਨ ਹਾਊਸ ਤੋਂ ਕੋਈ ਵੀ ਚੋਰੀ ਨਹੀਂ ਹੋਇਆ, ਗੱਲ ਤੁਹਾਡੀ ਠੀਕ ਹੈ। ਇਹ ਜਿਹੜੇ ਕਾਰਤੂਸ ਨੇ ਇਹਨਾਂ ਬੰਦਿਆਂ ਦੀ ਜਦੋਂ ਸਰਚ ਕੀਤੀ ਗਈ ਤੇ ਇਹਨਾਂ ਬੰਦਿਆਂ ਦੀ ਸਰਚ ਦੇ ਵਿੱਚੋਂ ਜਿਹੜੇ ਇਹ ਕਾਰਤੂਸ ਨੇ ਉੱਥੋਂ ਮਿਲੇ ਨੇ, ਕਿਉਂਕਿ ਇਹਨਾਂ ਦੀ ਬੈਕਗਰਾਊਂਡ ਪਹਿਲਾਂ ਹੀ ਕ੍ਰਿਮੀਨਲ ਬੈਕਗਰਾਊਂਡ ਹੈ, ਕ੍ਰਿਮੀਨਲ ਬੈਕਗਰਾਊਂਡ ਹੋਣ ਕਰਕੇ ਇਹ ਪਹਿਲਾਂ ਜਿਹੜਾ ਅਸਲਾ ਯੂਜ਼ ਕਰਦੇ ਰਹੇ ਨੇ, ਉਹਦੇ ਨਾਲ ਇਹ ਜਿਹੜੇ ਇਹਨਾਂ ਦੇ ਕਾਰਤੂਸ ਬਚੇ ਸੀ ਉੱਥੋਂ। ਮਾਲਕ ਦਾ ਮੰਨਣਾ ਜੇ ਆਹ ਜਿਹੜੀ ਬਰਾਮਦਗੀ ਕਿੱਥੋਂ ਹੋ ਗਈ, ਜਦੋਂ ਮਾਲਕ ਨੇ ਪਰਚਾ ਦਰਜ ਕਰਾਇਆ ਸਾਰਾ ਕੁਛ, ਮੈਂ ਆਪ ਉਹਦੇ ਮੌਕੇ 'ਤੇ ਜਾ ਕੇ ਆਇਆ, ਐਸ ਐਸ ਪੀ ਸਾਹਿਬ ਜਾ ਕੇ ਆਏ ਨੇ, ਮਾਲਕ ਦੀ ਕੱਲ੍ਹ ਤੱਕ ਸਾਨੂੰ ਸ਼ਾਮ ਤੱਕ ਜਿਹੜੀ ਇਹ ਗੱਲ ਸੀ ਕਿ ਮੇਰੇ ਜਿਹੜੇ ਵੈਪਨ ਦੀ ਉਹਨੂੰ ਗਿਣਤੀ ਨਹੀਂ ਸੀ ਪਤਾ, ਉਹਨੂੰ ਗਿਣਤੀ ਨਹੀਂ ਸੀ ਪਤਾ ਕਿੰਨੇ ਆ। ਜਦੋਂ ਮੈਂ ਮੌਕੇ 'ਤੇ ਆਇਆ, ਐਸ ਐਸ ਪੀ ਸਾਹਿਬ ਮੇਰੇ ਨਾਲ ਸੀ, ਚਲੋ ਉਹਦਾ ਸੀ, ਉਦੋਂ ਮੀਡੀਆ ਨੂੰ ਨਹੀਂ ਬੁਲਾਇਆ, ਉਦੋਂ ਸਾਰੀ ਗੱਲ ਉਹਦੇ ਤੋਂ ਵੈਰੀਫਾਈ ਕੀਤੀ। ਰਾਤ ਤੱਕ ਜਿਹੜੇ ਸਾਨੂੰ ਵੈਪਨਸ ਦੇ ਉਹਨਾਂ ਨੇ ਨੰਬਰ ਦਿੱਤੇ ਨੇ ਵੀ ਆਹ ਵੈਪਨ ਦਾ ਜਿਹੜਾ ਨੰਬਰ ਹੈ, ਇਸ ਨੰਬਰ ਵਾਲੇ ਵੈਪਨ ਮੇਰੇ ਕੋਲੋਂ ਚੋਰੀ ਹੋਏ ਨੇ ਉੱਥੋਂ। ਦੇਖੋ ਇਹ ਤਾਂ ਉਹਦੇ ਬੜੀ ਨਲੈਕੀ ਹੈ, ਇਹ ਜਿਵੇਂ ਮਰਜ਼ੀ ਲਿਆ ਕੇ ਥੋਕ 'ਚ ਉੱਥੇ ਜਮ੍ਹਾਂ ਕਰ ਲਏ, ਜੇ ਪ੍ਰੋਪਰ ਰਿਕਾਰਡ ਨਾ ਹੋਏਗਾ, ਜੇ ਪ੍ਰੋਪਰ ਰਿਕਾਰਡ ਨਾ ਹੋਏਗਾ ਤਾਂ ਇਹ ਤਾਂ ਉਹਦੇ ਲਈ ਜਿਹੜੀ ਗਲਤ ਗੱਲ ਹੈ ਨਾ, ਤਾਂ ਹੀ ਮੈਂ ਕਹਿ ਰਿਹਾ ਅਸੀਂ ਉਹਦੇ ਦੇ ਨਾਲ ਐਕਸ਼ਨ ਉਹਦੇ 'ਤੇ ਵੀ ਲਵਾਂਗੇ ਨਾ। ਲੈ ਰਹੇ ਹਾਂ ਜੀ, ਆਹ ਬੰਦਿਆਂ ਦੀ ਪੁੱਛਗਿੱਛ ਦੇ ਵਿੱਚ ਕਈ ਗੱਲਾਂ ਸਾਹਮਣੇ ਆਉਣਗੀਆਂ, ਹੁਣ ਵੈਰੀਫਾਈ ਕਰਨੇ ਆ। ਹਰੇਕ ਵੈਪਨ ਜਿੰਨਾ ਉਹਨਾਂ ਕੋਲ ਪਿਆ ਹੈ ਉਹ ਇਕੱਲਾ ਇਕੱਲਾ ਨੰਬਰ ਦੀ ਲਿਸਟ ਲਵਾਂਗੇ। ਸਰ ਵੱਡੇ ਪੱਧਰ ਦੇ ਹਥਿਆਰ ਚੋਰੀ ਕੀਤੀ ਗਈ ਸੀ, ਹੁਣ ਤੱਕ ਦੀ ਪੁੱਛਤਾਛ ਦੇ ਦੌਰਾਨ ਕੋਈ ਪਤਾ ਲੱਗਿਆ ਵੀ ਫਿਊਚਰ ਪਲਾਨਿੰਗ ਕੀ ਸੀ ਉਹਨਾਂ ਦੇ, ਕੋਈ ਵੱਡਾ ਕ੍ਰਾਈਮ ਕਰਨ ਦੇ ਪਲਾਨ ਸੀ? ਬਿਲਕੁਲ ਜੀ, ਇਹਨਾਂ ਦੀ ਅੱਗੇ ਲੁੱਟਾਂ ਖੋਹਾਂ ਕਰਨ ਦੀ ਫਿਊਚਰ ਇਹਨਾਂ ਦੀ ਪਲਾਨ ਸੀ। ਹਾਂਜੀ, ਇਹ ਹੁਣ ਫਰਦਰ ਪੁੱਛਗਿੱਛ ਕਰਾਂਗੇ ਜੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿਹੜੇ ਕਿਹੜੇ ਬੰਦਿਆਂ ਨਾਲ ਇਹਨਾਂ ਦੇ ਹੋਰ ਰਿਲੇਸ਼ਨ ਰਹੇ ਨੇ, ਉਹ ਜਿਹੜੀ ਜਿਹੜੀ ਅੱਗੇ ਪੁੱਛਗਿੱਛ ਗੱਲ ਸਾਹਮਣੇ ਆਈ ਉਹ ਤੁਹਾਨੂੰ ਜ਼ਰੂਰ ਕਨਵੇ ਕਰਾਂਗੇ ਨੈਕਸਟ ਪ੍ਰੈਸ ਕਾਨਫਰੰਸ ਦੇ ਵਿੱਚ।
ਪੁਲਿਸ ਸਾਹਿਬ ਇਹ ਪਤਾ ਲੱਗਿਆ ਵੀ ਇਹ ਕਾਰਤੂਸ ਕਿੱਥੋਂ ਆਏ ਸੀ, ਚੋਰੀ ਦੇ ਨੇ ਜਾਂ ਇਹਨਾਂ ਨੇ ਕਿਤੋਂ ਖਰੀਦੇ ਸੀ, ਇਹ ਕਾਰਤੂਸਾਂ ਦੀ ਕੀ ਡਿਟੇਲ? ਇਹ ਲਾਇਸੈਂਸੀ ਨਹੀਂ ਹੈਗੇ ਜੀ, ਇਹ ਜਿਹੜੇ ਕਾਰਤੂਸ ਇਹਨਾਂ ਨੇ ਚੋਰੀ ਕੀਤੇ ਸੀ। ਇਹ ਪਹਿਲਾਂ ਜਿਹੜੇ ਆ ਬੰਦੇ ਦੇ 9 ਪਰਚੇ ਦਰਜ ਹੋਏ ਨੇ, ਇਹ ਪਲੱਸ ਨਾਲ ਸਾਰੇ ਇਹਦੇ ਬੰਦੇ ਹੋਰ ਐਸੋਸੀਏਟਸ ਰਹੇ ਨੇ ਇਹ ਬੰਦੇ। ਬਿਲਕੁਲ ਬਿਲਕੁਲ, ਜਿੱਥੇ ਵੀ ਹੈ ਅਸੀਂ ਸਾਰੀ ਸਟੇਟ ਦੇ ਵਿੱਚ ਹੀ ਅਸੀਂ ਮੈਸੇਜ ਕਨਵੇ ਕੀਤਾ ਹੈ, ਅਤੇ ਜਿੱਥੋਂ ਜਿੱਥੋਂ ਇਹਨਾਂ ਦੇ ਅੱਗੇ ਪੁੱਛਗਿੱਛ ਜਿਹੜੀ ਗੱਲ ਆਵੇਗੀ ਅਸੀਂ ਕੰਸਰਨ ਡਿਸਟ੍ਰਿਕਟ ਨੂੰ ਨਾਲ ਕਨਵੇ ਕਰਾਂਗੇ ਨਾ, ਵੀ ਜਿਹੜੇ ਜਿਹੜੇ ਬੰਦੇ ਜਿੱਥੋਂ ਜਿੱਥੋਂ ਦੇ ਇਨਵੋਲਵ ਨੇ, ਕਿਸੇ ਵੀ ਡਿਸਟ੍ਰਿਕਟ ਦੇ ਹੋਣ ਜਿਹੜੇ ਜਿਹੜੇ ਨਾਲ ਇਨਵੋਲਵ ਨੇ, ਉਹ ਸਾਰਿਆਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਹੋਇਆ। ਗ੍ਰਿਫਤਾਰ ਕਰ ਲਏ ਨੇ, 14 ਵੈਪਨ ਇਹਦੇ 'ਚ ਬਰਾਮਦ ਹੋਏ ਨੇ, ਕੁਛ ਨਾਲ ਜਿਹੜੇ ਨੇ ਕਾਰਤੂਸ ਵੀ ਨਾਲ ਜਿਹੜੇ ਬਰਾਮਦ ਕੀਤੇ ਗਏ ਨੇ, ਔਰ ਐਸ ਐਸ ਪੀ ਸੰਗਰੂਰ ਦੀ ਅਗਵਾਈ ਦੇ ਵਿੱਚ ਇਸ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ, ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਇਹਨਾਂ ਨੇ ਕਰਨੀ ਸੀ, ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ। ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ, ਅਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟਸ ਨੇ, ਕਿਹੜੇ ਕਿਹੜੇ ਬੰਦਿਆਂ ਨਾਲ ਇਹਨਾਂ ਦੇ ਲਿੰਕ ਨੇ, ਔਰ ਕਿਹੜੀਆਂ ਕਿਹੜੀਆਂ ਇਹਨਾਂ ਨੇ ਗਾਂ ਹੋਰ ਪਲੈਨਿੰਗ ਕੀਤੀ ਹੈ ਵਾਰਦਾਤਾਂ ਕਰਨ ਲਈ। ਇੱਕ ਬੰਦਾ ਜਿਹੜਾ ਹੈਗਾ ਸੰਦੀਪ ਪਵਨ ਦੀ, ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ, ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਆਲਰੇਡੀ ਦਰਜ ਨੇ। ਇੱਕ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ, ਔਰ ਇੱਕ ਨਾਲ ਹੋਰ ਜਿਹੜਾ ਹੈਗਾ ਗੁਰਮੀਤ ਸਿੰਘ, ਇਹਦੇ ਖਿਲਾਫ ਵੀ ਇੱਕ ਮੁਕੱਦਮਾ ਦਰਜ ਹੈ। ਇਹ ਵੀ ਜਿਹੜਾ ਇਹਦੇ ਖਿਲਾਫ ਐਨ ਡੀ ਪੀ ਸੈਕਟ ਦੇ ਤਹਿਤ ਮੁਕੱਦਮਾ ਦਰਜ ਸੀ। ਬਾਕੀ ਅਸੀਂ ਸਾਰੇ ਦੋਸ਼ੀਆਂ ਤੋਂ ਪੁੱਛ ਕੇ, ਗੈਂਗ ਨਾਲ ਰਿਲੇਟਡ ਸੀ ਇਹਨਾਂ ਦੀ ਉਮਰ ਕਿੰਨੀ ਕਿੰਨੀ? ਇਹ ਤੁਹਾਨੂੰ ਆ ਦੱਸਿਆ ਹੋਇਆ ਜੀ, ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ, ਕੋਈ 30 ਸਾਲ ਦਾ ਹੈ, ਕੋਈ 34 ਸਾਲ ਦਾ ਹੈ, ਇੱਕ 35 ਸਾਲ ਦਾ, ਮਤਲਬ 35 ਸਾਲ ਦੀ ਉਮਰ ਤੋਂ ਅਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ। ਹਾਂਜੀ, ਇਹ ਪਹਿਲਾਂ ਰੈਕੀ ਕਰਦੇ ਰਹੇ ਜੀ, ਰੈਕੀ ਕਰਕੇ ਇਹਨਾਂ ਨੇ ਦੁਕਾਨ ਨੂੰ ਜਿਹੜਾ ਟਾਰਗੇਟ ਕੀਤਾ, ਔਰ ਜਿਹੜੇ 3 ਬੰਦੇ ਨਿਹੰਗ ਸਿੰਘਾਂ ਦੇ ਭੇਸ ਦੇ ਵਿੱਚ ਆਏ ਸੀ, ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦੇ ਹਾਂ, ਨਾਲ 2 ਅੰਦਰ ਐਂਟਰ ਹੋਏ ਸੀ, ਉਹ ਅਸਲੀ ਜਿਹੜੇ ਨਿਹੰਗ ਸਿੰਘ ਨਹੀਂ ਸਨ ਹੈ, ਪਰ ਉਹ ਨਿਹੰਗ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਭੇਸ ਬਦਲਿਆ ਹੋਇਆ ਸੀ। ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ, ਇਹ ਹੁਣ ਤੁਹਾਨੂੰ ਉਹਦੇ 'ਚ ਅੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛਗਿੱਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ ਕਿੱਥੇ ਇਹਨਾਂ ਦੀ ਇਨਵੋਲਵਮੈਂਟ ਸੀ। ਈਜ਼ੀਲੀ ਚੋਰੀ ਕਿਸ ਤਰ੍ਹਾਂ ਹੋ ਗਈ, ਕਿਉਂਕਿ ਸ਼ਹਿਰ ਦੇ ਵਿੱਚ ਸਿਕਿਉਰਿਟੀ ਪਰਪਸ ਜਾਂ ਕੋਈ ਐਨਓਸੀ ਜਿਸ ਤਰ੍ਹਾਂ ਰੱਖਣਾ ਹੁੰਦਾ ਜਿਸ ਬੈਂਕ ਨੂੰ ਸਿਕਿਉਰ ਕਰਨਾ ਹੁੰਦਾ ਹੈਗਾ, ਉਹਦੇ ਲਈ ਕੋਈ ਪੁਖਤਾ ਪ੍ਰਬੰਧ ਸੀਗੇ ਗਨ ਹਾਊਸ ਵੱਲੋਂ? ਦੇਖੋ ਜੀ, ਗਨ ਹਾਊਸ ਵੱਲੋਂ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ, ਜਦੋਂ ਕਿ ਆਲਰੇਡੀ ਪਹਿਲਾਂ ਐਸ ਐਸ ਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਸਾਰੇ ਗਨ ਹਾਊਸਿਸ ਨੂੰ, ਪੈਟਰੋਲ ਪੰਪ ਵਾਲਿਆਂ ਨੂੰ, ਗੈਸ ਏਜੰਸੀਜ਼ ਵਾਲਿਆਂ ਨੂੰ, ਜਿੱਥੇ ਜਿੱਥੇ ਕੋਈ ਪੈਸੇ ਦੀ ਟ੍ਰਾਂਜੈਕਸ਼ਨ ਹੈ ਜਾਂ ਜਿੱਥੇ ਵੈਪਨ ਪਏ ਨੇ, ਵੀ ਉੱਥੇ ਆਪਾਂ ਆਪਣੇ ਚੌਕੀਦਾਰ ਰੱਖੋ। ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ, ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉੱਥੇ ਨਹੀਂ ਸੀ ਹੈ, ਸਿਰਫ ਸ਼ੋਪਸ ਦੇ ਅੰਦਰ ਹੀ 2 ਕੈਮਰੇ ਸਨ, ਉਹਦੇ ਵਿੱਚੋਂ ਅਸੀਂ ਦੇਖਿਆ ਜਿਹੜੀਆਂ ਬਾਹਰਲੀਆਂ ਦੂਜੀਆਂ ਸ਼ੋਪਸ ਨਾ ਉਹਨਾਂ ਦੇ ਕੈਮਰਿਆਂ ਰਾਹੀਂ ਅੱਗੇ ਸਾਨੂੰ ਲੀਡ ਜਿਹੜੀ ਹੈ ਉਹ ਮਿਲੀ ਹੈ, ਅਤੇ ਅਸੀਂ ਜਿਹੜਾ ਇਹ ਗਨ ਹਾਊਸ ਵਾਲਾ ਜਿਹੜੀ ਇਹਦੇ ਲੈਫਟ ਰਹੇ ਨੇ
ਇਹ SSP ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ਼ ਪ੍ਰੋਪਰ ਐਕਸ਼ਨ ਲੈਣਗੇ, ਕਿਉਂਕਿ ਇਹਨਾਂ ਨੇ ਖੁੱਲ੍ਹੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫ਼ਤਰ ਦੇ ਵਿੱਚ ਰੱਖ ਛੱਡੇ ਸੀ। ਇਹ ਸਾਰੀ ਚੀਜ਼ ਨੂੰ ਅੱਗੇ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ, ਇਹਦੇ 'ਚ ਵੇਖ ਰਹੇ ਹਾਂ, ਤੁਹਾਨੂੰ ਬਹੁਤ ਹੀ ਜਲਦੀ ਦੱਸਾਂਗੇ, ਕਿਉਂਕਿ ਜਿਹੜੀਆਂ ਇਹ ਵਾਰਦਾਤਾਂ ਬੰਦਿਆਂ ਨੇ ਇੰਨੀਆਂ ਕੀਤੀਆਂ ਨੇ, ਇਹਨਾਂ ਦੇ ਨਾਲ ਐਸੋਸੀਏਟਸ ਕਈ ਹੈਗੇ ਨੇ ਜੀ। ਠੀਕ ਹੈ ਸਰ, ਥੈਂਕ ਯੂ।